ਨਾਮਧਾਰੀ ਗੁਰੂਆਂ ਦਾ ਆਪਸੀ ਵਿਵਾਦ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਨਾਮਧਾਰੀ ਗੁਰੂ ਉਦੇ ਸਿੰਘ ਤੇ ਗੁਰਦੁਆਰੇ ਤੇ ਜ਼ਬਰਦਸਤੀ ਕਬਜ਼ਾ ਕਰਨ ਦੇ ਲਗਾਏ ਦੋਸ਼। ਨਮਸਕਾਰ, ਤੁਸੀਂ ਦੇਖ ਰਹੇ ਹੋ ਪਬਲਿਕ ਸਪੋਰਟ ਨਿਊਜ਼ ਫੋਕਸ ਤੇ ਮੈਂ ਬਹਾਦਰ ਸਿੰਘ। ਨਾਮਧਾਰੀ ਗੁਰੂ ਦਲੀਪ ਸਿੰਘ ਨੇ ਸਿੱਖਾਂ ਵੱਲੋਂ ਕੀਤੀ ਗਈ ਮੀਟਿੰਗ ਵਿੱਚ ਦੂਜੀ ਧਿਰ ਨਾਮਧਾਰੀ ਗੁਰੂ ਉਦੇ ਸਿੰਘ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਗੜਦੀਵਾਲ ਗੁਰਦੁਆਰੇ ਤੇ ਮਾਨਯੋਗ ਕੋਰਟ ਵੱਲੋਂ ਲਗਾਏ ਗਏ ਸਟੇਅ ਦੇ ਬਾਵਜੂਦ ਗੁਰਦੁਆਰੇ ਦੇ ਤਾਲੇ ਭੰਨ ਕੇ ਜ਼ਬਰਦਸਤੀ ਅੰਦਰ ਦਾਖਲ ਹੋਣ ਦੇ ਦੋਸ਼ ਲਗਾਏ। ਉਹਨਾਂ ਨੇ ਇਸ ਗੱਲ ਦੀ ਨਿਖੇਧੀ ਕਰਦਿਆਂ ਕਿਹਾ ਇਹ ਪੰਜਾਬ ਦੇ ਕੁਝ ਗੁਰਦੁਆਰੇ ਦੇ ਕਬਜ਼ੇ ਕਰ ਚੁੱਕੇ ਹਨ, ਕੁਝ ਹੋਰ ਗੁਰਦੁਆਰੇ ਧੱਕੇ ਨਾਲ ਕਬਜ਼ੇ ਕਰ ਰਹੇ ਹਨ। ਪਬਲਿਕ ਸਪੋਰਟ ਨਿਊਜ਼ ਫੋਕਸ ਬਿਊਰੋ ਦੀ ਰਿਪੋਰਟ। ਇਹ ਜਿਹੜੀ ਮੀਟਿੰਗ ਅੱਜ ਹੋਈ ਕਿਸ ਸੰਬੰਧ 'ਚ ਹੋਈ ਹੈ ਜੀ? ਇਹ ਇਸ ਸੰਬੰਧ ਵਿੱਚ ਹੋਈ ਆ ਵੀ ਜਿਹੜੇ ਜ਼ਬਰਦਸਤੀ ਕਬਜ਼ੇ ਕੀਤੇ ਜਾ ਰਹੇ ਆ ਗੁਰਦੁਆਰਿਆਂ ਦੇ ਉੱਤੇ, ਇਹ ਦੂਜੇ ਧੜੇ ਵੱਲੋਂ ਜਿਹੜਾ ਠਾਕੁਰ ਉਦੇ ਸਿੰਘ ਦਾ ਧੜਾ ਜਿਨ੍ਹਾਂ ਨੇ ਭੈਣੀ ਸਾਹਿਬ 'ਤੇ ਵੀ ਕਬਜ਼ਾ ਕੀਤਾ, ਉਹ ਕਾਬਜ਼ ਧੜਾ ਜਿਹੜਾ ਉਹ ਬਾਕੀ ਵੀ ਸਾਰਿਆਂ ਗੁਰਦੁਆਰਿਆਂ ਦੇ ਉੱਤੇ ਕਬਜ਼ੇ ਕੀਤੇ ਜਾ ਰਹੇ ਆ, ਧੱਕੇ ਨਾਲ ਕਬਜ਼ੇ ਕੀਤੇ ਜਾ ਰਹੇ ਆ। ਬੜੀ ਮਾੜੀ ਗੱਲ ਆ, ਬੜੀ ਨਿੰਦਣਯੋਗ ਆ। ਨਾਲੇ ਲੜਾਈਆਂ ਕਰਦੇ ਨੇ, ਨਾਲੇ ਉਹ ਕਬਜ਼ੇ ਕਰਦੇ ਨੇ। ਧਰਮ ਕੋਈ ਵੀ ਜੋੜਦਾ ਤੋੜਦਾ ਨਹੀਂ, ਇਹ ਤੋੜਨ 'ਤੇ ਲੱਗੇ ਨੇ। ਸਾਡੇ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਨੂੰ ਮੰਨਣ ਵਾਲੀ ਸਾਰੀ ਸਾਧ ਸੰਗਤ, ਉਹਨਾਂ ਦਾ ਇਹੋ ਹੀ ਹੁਕਮ ਹੈ, ਜੋੜੋਗੇ ਵਧੋਗੇ ਅਤੇ ਜੇ ਤੋੜੋਗੇ ਤਾਂ ਘੱਟ ਜਾਓਗੇ। ਅਤੇ ਇਹ ਜੋੜਦੇ ਨਹੀਂ ਤੋੜਦੇ ਨੇ, ਇਹ ਸਾਰਿਆਂ ਨੂੰ ਮਾਰ ਕੁੱਟ ਕੇ ਆਪਣੇ ਆਪ ਨਾਲ ਲਾਉਣਾ ਚਾਹੁੰਦੇ ਆ। ਗੁਰੂ ਨਾਨਕ ਸਾਹਿਬ ਦੀ ਬਾਣੀ ਆ, ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਜਿਨ੍ਹਾਂ ਲੋਕਾਂ ਨਾਲ ਵਧੀਕੀ ਕੀਤੀ ਜਾਂਦੀ ਆ ਕਿ ਉਹ ਗੁਰੂ ਨਾਨਕ ਦੇ ਸਿੱਖ ਨਹੀਂ ਆ, ਉਹਨਾਂ ਨਾਲ ਕਿਉਂ ਵਧੀਕੀ ਕੀਤੀ ਜਾਂਦੀ ਆ, ਕਿਉਂ ਮਾਰਿਆ ਕੁੱਟਿਆ ਜਾਂਦਾ, ਜ਼ਬਰਦਸਤੀ ਗੁਰਦੁਆਰਿਆਂ ਨੂੰ ਤਾਲੇ ਲਾ ਕੇ ਉਹਨਾਂ ਦੇ ਅੰਦਰ ਆਪ ਅੰਦਰ ਵੜ ਜਾਂਦੇ ਨੇ ਅਤੇ ਦੂਜਿਆਂ ਨੂੰ ਬਾਹਰ ਕੱਢ ਦਿੰਦੇ ਨੇ। ਸਾਨੂੰ ਉਹਨਾਂ ਫਿਰ ਗੁਰਦੁਆਰਿਆਂ 'ਚ ਸਤਿਗੁਰੂ ਦਲੀਪ ਸਿੰਘ ਦੇ ਮੰਨਣ ਵਾਲੇ ਸਿੱਖਾਂ ਨੂੰ ਗੁਰਦੁਆਰਿਆਂ ਦੇ ਵਿੱਚ, ਨਾਮਧਾਰੀ ਗੁਰਦੁਆਰਿਆਂ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਂਦਾ। ਸਾਰੇ ਪੰਜਾਬ ਦੇ ਵਿੱਚ ਜਿੰਨੇ ਵੀ ਗੁਰਦੁਆਰੇ ਆ ਸਾਰਿਆਂ ਨੂੰ ਹੀ ਮਲਣ ਦੀ ਯਤਨ ਕੀਤਾ ਜਾ ਰਿਹਾ, ਕੁਝ ਮੱਲੇ ਗਏ ਨੇ, ਕੁਝ ਯਤਨ ਕੀਤਾ ਜਾ ਰਿਹਾ। ਜਿਹੜਾ ਨਹੀਂ ਮੱਲਿਆ ਜਾਂਦਾ ਉਹਨੂੰ ਧੱਕੇ ਦੇ ਨਾਲ ਅੱਬਲ ਅਤੇ ਉਹ ਜ਼ੋਰ ਨਾਲ ਮੱਲਦੇ ਆ, ਜੇ ਨਹੀਂ ਮੱਲਿਆ ਜਾਂਦਾ ਅੱਗੋਂ ਲੋਕ ਰੱਖਦੇ ਆ ਅਤੇ ਫਿਰ ਪ੍ਰਸ਼ਾਸਨ ਜਾਂ ਹੋਰ ਕੋਈ ਉਹ ਮਦਦ ਲੈ ਕੇ ਆਪਣੀ ਉਹ ਕਿਸੇ ਵੀ ਢੰਗ ਤਰੀਕੇ ਨਾਲ ਉਹ ਗੁਰਦੁਆਰੇ ਨੂੰ ਮੰਨਣ ਦਾ ਯਤਨ ਕਰਦੇ ਆ। ਅਸੀਂ ਇਹਦੀ ਨਿਖੇਧੀ ਕਰਦੇ ਹਾਂ। ਸਤਿਗੁਰੂ ਦਲੀਪ ਸਿੰਘ ਨੂੰ ਮੰਨਣ ਵਾਲੇ ਸਾਰੇ ਸਿੱਖ ਇਸ ਗੱਲ ਦੀ ਨਿਖੇਧੀ ਕਰਦੇ ਨੇ ਕਿ ਇਹੋ ਜਿਹਾ ਕੋਈ ਧਰਮ ਨਹੀਂ ਜਿਹੜਾ ਧੱਕੇ ਛਾਈਆਂ ਕਰਦਾ ਹੋਵੇ ਅਤੇ ਧੱਕੇ ਦੇ ਨਾਲ ਕਬਜ਼ੇ ਕਰਦਾ ਹੋਵੇ। ਮਾੜੀ ਗੱਲ ਆ। ਅਸੀਂ ਨਾਮ ਜਪਣ ਵਾਲੇ ਗੁਰੂ ਨਾਨਕ ਸਤਿਗੁਰੂ ਰਾਮ ਸਿੰਘ ਦੇ ਸੇਵਕ ਹਾਂ, ਸਿੱਖ ਹਾਂ। ਅਸੀਂ ਨਾਮ ਸਿਮਰਨ ਕਰਨ ਵਾਲੇ ਹਾਂ, ਅਸੀਂ ਧੱਕੇ ਵਾਲੇ ਸਿੱਖ ਨਹੀਂ ਗੇ। ਸਾਨੂੰ ਆਪਣੇ ਅੰਦਰ ਵਿੱਚ ਝਾਤੀ ਮਾਰਨੀ ਚਾਹੀਦੀ ਆ ਕਿ ਇੱਕ ਪਾਸੇ ਚਿੱਟੇ ਵਸਤਰ ਪਾ ਕੇ ਅਤੇ ਚਿੱਟੀਆਂ ਸੋਹਣੀਆਂ ਦਸਤਾਰਾਂ ਸਜਾ ਕੇ ਗਲ 'ਚ ਮਾਲਾ ਪਾ ਕੇ ਅਤੇ ਅਸੀਂ ਸਿੱਖ ਖਵਾਉਂਦੇ ਹਾਂ ਉਸ ਸਤਿਗੁਰੂ ਦੇ, ਜਿਨ੍ਹਾਂ ਸੱਚ ਦੇ ਬਦਲੇ ਆਪਣਾ ਆਪ ਜਲਾ ਵਤਨ ਹੋ ਗਏ ਪਰ ਉਹਨਾਂ ਨੇ ਸੱਚ ਨਹੀਂ ਛੱਡਿਆ। ਅਤੇ ਅਸੀਂ ਅੱਜ ਕੀ ਕਰ ਰਹੇ ਹਾਂ, ਅਸੀਂ ਸਾਰਾ ਕੁਝ ਹੀ ਉਹ ਭੁਲਾ ਕੇ ਅਤੇ ਅਸੀਂ ਇਹ ਗੁਰਦੁਆਰੇ ਮੱਲਣੇ ਸ਼ੁਰੂ ਕੀਤੇ ਨੇ, ਲੋਕਾਂ ਨੂੰ ਜਲਾ ਧਮਕਾ ਕੇ ਆਪਣੇ ਨਾਲ ਲਾਉਣਾ ਸ਼ੁਰੂ ਕੀਤਾ। ਮੈਂ ਮਾੜੀ ਗੱਲ ਆ, ਮੈਂ ਇਹਦੀ ਨਿਖੇਧੀ ਕਰਦਾ ਕਿ ਇਹੋ ਜਿਹਾ ਜਿਹੜੀ ਆ ਘਟਨਾਵਾਂ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਅਤੇ ਨਾ ਕੀਤਾ ਜਾਵੇ। ਗੁਰੂ ਪਰਿਵਾਰ ਆ, ਦੋਵਾਂ ਹੀ ਦੇ ਵਿੱਚ ਸ਼ਕਤੀਆਂ ਬੜੀਆਂ, ਪਰ ਜਿਹਨੂੰ ਕੋਈ ਮੰਨਦਾ ਇਹ ਕਿਸੇ ਦਾ ਕੋਈ ਨਹੀਂ ਆ ਵੀ ਕੋਈ ਇਹਨੂੰ ਮੰਨੇ ਜਾਂ ਇਹਨੂੰ ਮੰਨੇ, ਉਹ ਉਹਦੀ ਆਪਣੀ ਮਰਜ਼ੀ ਹੈ, ਉਹਨੇ ਕਿਹਨੂੰ ਮੰਨਣਾ। ਜੇ ਉਹ ਸਤਿਗੁਰੂ ਦਲੀਪ ਸਿੰਘ ਨੂੰ ਮੰਨਦੇ ਆ ਤਾਂ ਕੋਈ ਗੁਨਾਹ ਨਹੀਂ ਆ ਕਰਦੇ, ਉਹ ਉਹਨੂੰ ਸਤਿਗੁਰੂ ਦਲੀਪ ਸਿੰਘ ਨੂੰ ਆਪਣਾ ਆਪ ਅਰਪਣ ਕਰ ਚੁੱਕੇ ਆ, ਉਹ ਆਪਣਾ ਉਹਨੂੰ ਗੁਰੂ ਮੰਨ ਚੁੱਕੇ ਆ, ਉਹਨੂੰ ਦੂਜਿਆਂ ਨੂੰ ਗੁਰੂ ਉਹਨਾਂ ਨੇ ਨਹੀਂ ਮੰਨਣਾ। ਪਰ ਜਦੋਂ ਉਹ ਉਹਨਾਂ ਗੁਰਦੁਆਰਿਆਂ ਦੇ ਵਿੱਚ ਜਾਂਦੇ ਆ ਜਿਹੜੇ ਸਾਂਝੇ ਸੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੇ ਵੇਲੇ ਦੇ,
ਉਹ ਉਹਨਾਂ ਗੁਰਦੁਆਰੇ 'ਚ ਜਦੋਂ ਜਾਂਦੇ ਆ ਤਾਂ ਉਹਨਾਂ ਨੂੰ ਫੜ ਕੇ ਕੁੱਟਿਆ ਜਾਂਦਾ, ਉਹਨਾਂ ਨੂੰ ਫੜ ਕੇ ਮਾਰਿਆ ਜਾਂਦਾ। ਮਾੜੀ ਗੱਲ ਆ, ਬਹੁਤ ਮਾੜੀ ਗੱਲ ਆ। ਧਰਮ 'ਤੇ ਕੋਈ ਨਹੀਂ ਆ। ਹਰਿਮੰਦਰ ਸਾਹਿਬ ਚੱਲ ਜਾਓ, ਕੋਈ ਡੱਕਦਾ ਕਿਸੇ ਨੂੰ? ਕਿਹੜਾ ਬੰਦਾ ਆ ਗਿਆ ਅਤੇ ਕਿਹੜਾ ਨਹੀਂ ਆ ਗਿਆ? ਉੱਥੇ ਮੁਸਲਮਾਨ ਵੀ ਆਏਗਾ, ਉਹ ਵੀ ਮੱਥਾ ਟੇਕ ਕੇ ਜਾਏਗਾ, ਪ੍ਰਸ਼ਾਦ ਛੱਕ ਕੇ ਜਾਏਗਾ, ਜਿਨ੍ਹਾਂ ਨੇ ਇੰਨਾ ਸਿੱਖ ਕੌਮ 'ਤੇ ਇੰਨਾ ਤਸ਼ੱਦਦ ਕੀਤਾ, ਅਤੇ ਉਹ ਵੀ ਲੋਕ ਉਹਨਾਂ ਨੂੰ ਸਤਿਕਾਰ ਨਾਲ ਪ੍ਰਸ਼ਾਦਾ ਛਕਾਉਂਦੇ ਆ ਅਤੇ ਸਾਰਾ ਕੁਝ ਕਰਦੇ ਆ। ਅਸੀਂ ਨਾਮਧਾਰੀ ਜਿਹੜੇ ਆਪਣੇ ਆਪ ਨੂੰ ਸ਼ਾਂਤੀ ਦੇ ਪੁੰਜ ਹੋਣ ਵਾਲੇ, ਪਰ ਸਾਡੇ ਵਿੱਚ ਇਹ ਗੁਣ ਹੈ ਨਹੀਂ। ਇਹ ਕਿਉਂ ਨਹੀਂ, ਇਹ ਕਿਉਂ ਨਹੀਂ, ਇਹ ਗੁਣ ਇਸ ਕਰਕੇ ਨਹੀਂ ਕਿ ਇਹ ਉਹ ਉਹਨਾਂ ਨੂੰ ਸਿੱਖ ਮੰਨਦੇ ਹੀ ਨਹੀਂ, ਵੀ ਜਿਹੜੇ ਸਤਿਗੁਰੂ ਦਲੀਪ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਗੁਰੂ ਮੰਨਦੇ ਨੇ। ਉਹ ਇਸ ਕਰਕੇ ਸਾਨੂੰ ਉੱਥੇ ਵੜਨ ਨਹੀਂ ਦਿੱਤਾ ਜਾਂਦਾ, ਧੱਕੇ ਮਾਰ ਕੇ ਬਾਹਰ ਨੂੰ ਕੱਢਿਆ ਜਾਂਦਾ। ਬਹੁਤ ਮਾੜੀ ਗੱਲ ਆ, ਮੈਂ ਇਹਨਾਂ ਦੀ ਇਹ ਨਿਖੇਧੀ ਕਰਦਾ, ਇੱਦਾਂ ਨਹੀਂ ਹੋਣਾ ਚਾਹੀਦਾ। ਅਤੇ ਜਿਹੜੀ ਹੁਣ ਸਾਰੀ ਕੋਈ ਘਟਨਾ ਘਟੀ, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਤੁਸੀਂ? ਉਹਦੇ ਬਾਰੇ ਇਹ ਆ ਵੀ ਮਤਲਬ ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਵਾ ਵੀ ਜਦੋਂ ਉੱਥੇ ਸਟੇਅ ਹੋਇਆ ਅਤੇ ਸਟੇਅ ਦੇ ਵਿੱਚ ਵੀ ਠਾਕੁਰ ਉਦੇ ਸਿੰਘ ਹੁਣੀ ਆਪਣਾ ਪੂਰਾ ਲਸ਼ਕਰ, ਲਾਮ ਲਸ਼ਕਰ ਲੈ ਕੇ ਅਤੇ ਮਕੇਰੀਆਂ ਗੁਰਦੁਆਰੇ ਦੇ ਵਿੱਚ ਵੀ ਐਂਟਰ ਹੋਏ, ਅੰਦਰ ਜਾਏ ਗਏ, ਅਤੇ ਗੜ੍ਹਦੀਵਾਲ ਗੁਰਦੁਆਰੇ ਦੇ ਵਿੱਚ ਵੀ ਉਹ ਅੰਦਰ ਜਾ ਕੇ ਸਾਰੀ ਜਿੰਨੀ ਫੌਜ ਆਪਣੀ ਸਾਰੀ ਲੈ ਕੇ ਉਹ ਅੰਦਰ ਗਏ। ਜਦੋਂ ਜਦੋਂ ਉੱਥੇ ਸਟੇਅ ਹੋਇਆ ਅਤੇ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ, ਅਤੇ ਉਹ ਕਿਸ ਤਰੀਕੇ ਨਾਲ ਚਲੇ ਗਏ, ਮੈਨੂੰ ਤਾਂ ਇਹਦੀ ਨਹੀਂ ਸਮਝ ਆ ਰਹੀ। ਮੈਂ ਇਸ ਗੱਲ ਦੀ ਵੀ ਨਿਖੇਧੀ ਕਰਦਾ ਕਿ ਇੱਦਾਂ ਨਹੀਂ ਹੋਣਾ ਚਾਹੀਦਾ। ਜੇ ਕੋਈ ਉਹਨਾਂ ਜੇ ਉਹਨਾਂ 'ਤੇ ਕੋਈ ਕਾਰਵਾਈ ਬਣਦੀ ਆ ਤਾਂ ਪ੍ਰਸ਼ਾਸਨ ਨੂੰ ਜ਼ਰੂਰ ਕਰਨੀ ਚਾਹੀਦੀ। ਸਤਿਕਾਰਯੋਗ ਜੱਜ ਸਾਹਿਬ ਨੇ ਜਦੋਂ ਉੱਥੇ ਸਟੇਅ ਕੀਤਾ ਅਤੇ ਇਹ ਕਾਨੂੰਨ ਦੀ ਉਲੰਘਣਾ ਕਰਦੇ ਹੋਏ ਤਾਲੇ ਤੋੜ ਕੇ ਗੜ੍ਹਦੀਵਾਲ ਗੁਰਦੁਆਰੇ ਦੇ ਅੰਦਰ ਗਏ ਨੇ, ਅਤੇ ਜਾ ਕੇ ਉੱਥੇ ਇਹਨਾਂ ਇਹ ਸਾਰੇ ਹੀ ਇੱਕ ਨਹੀਂ, ਇਹ ਕਾਫੀ ਬੰਦੇ ਜਿਹੜੇ ਉਹ ਅੰਦਰ ਗਏ ਨੇ, ਇਹ ਕਾਨੂੰਨ ਦੀ ਬਿਲਕੁਲ ਉਲੰਘਣਾ ਕਰਕੇ ਗਏ ਨੇ। ਜੋ ਵੀ ਅਸੀਂ ਮੰਗ ਕਰਦੇ ਹਾਂ ਕਿ ਜੋ ਮਕੇਰੀਆਂ, ਦਸੂਆ, ਮਕੇਰੀਆਂ, ਗੜ੍ਹਦੀਵਾਲ, ਸਾਰੀ ਸਾਧ ਸੰਗਤ ਜਿਹੜੀ ਨਾਮਧਾਰੀ ਸਤਿਗੁਰੂ ਦਲੀਪ ਸਿੰਘ ਦੇ ਸੇਵਕ ਨੇ, ਉਹ ਮੰਗ ਕਰਦੇ ਆ ਕਿ ਇਹਦੇ ਉੱਤੇ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਆ ਉਹ ਕੀਤੀ ਜਾਵੇ, ਅਤੇ ਅਸੀਂ ਜੋ ਕਿ ਸਾਨੂੰ ਇਨਸਾਫ਼